ਕਿ ਯੂਕੇ ਦੇ ਵਿੱਚ ਥੋੜ੍ਹਾ ਜਿਹਾ ਨਾ ਕ੍ਰਾਈਮ ਵੱਧ ਗਿਆ ਹੈ। ਚੋਰ ਜਿਹੜੇ ਨਾ ਗੱਡੀਆਂ ਚੋਰੀ ਕਰਨ ਲੱਗ ਪਏ ਆ, ਸਪੈਸ਼ਲੀ ਉਹ ਵਾਲੀਆਂ ਗੱਡੀਆਂ ਜਿਹੜੀਆਂ ਕਿ ਕੀਲੈਸ ਗੱਡੀਆਂ ਹੁੰਦੀਆਂ ਨੇ। ਉਹਦੇ ਕੋਲ ਇੱਕ ਡਿਵਾਈਸ ਹੁੰਦਾ ਹੈ ਜਿਹਦੇ ਨਾਲ ਉਹ ਕੀ ਕਰਦੇ, ਗੱਡੀ ਦੀ ਚਾਬੀ ਦੇ ਜਿਹੜੇ ਸਿਗਨਲ ਆ ਉਹ ਉਹਦੇ ਨਾਲ ਕਨੈਕਟ ਕਰ ਲੈਂਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਅਮਨਦੀਪ ਕੌਰ ਅਤੇ ਸਵਾਗਤ ਹੈ ਤੁਹਾਡੇ ਚੈਨਲ 'ਤੇ, ਆਪਣਾ ਬਿਜ਼ਨਸ ਹਰਪ੍ਰੀਤ ਸਿੰਘ। ਅਤੇ ਅੱਜ ਇਹ ਜਿਹੜੀ ਵੀਡੀਓ ਹੈ ਤੁਹਾਡੀ ਇਨਫੋਰਮੇਟਿਵ ਵੀਡੀਓ ਹੈ ਕਿ ਮੈਂ ਨਿਊਜ਼ ਦੇਖਦੀ ਪਈ ਸੀ ਅਤੇ ਮੈਂ ਇੱਕ ਨਿਊਜ਼ ਦੇਖੀ ਸੀ ਕਿ ਯੂਕੇ ਦੇ ਵਿੱਚ ਥੋੜ੍ਹਾ ਜਿਹਾ ਨਾ ਕ੍ਰਾਈਮ ਵੱਧ ਗਿਆ ਹੈ। ਮਤਲਬ ਸਾਡੀ ਇੱਧਰ ਵਾਲੀ ਜਿਹੜੀ ਹੈਗੀ ਸਿਟੀ ਹੈ ਥੋੜ੍ਹੀ ਪੀਸਫੁਲ ਹੀ ਹੈ, ਬਟ ਇਹ ਵਾਲੀ ਥੋੜ੍ਹਾ ਆਊਟ ਹੈ ਆਪਣੇ ਲੰਡਨ ਤੋਂ। ਅਤੇ ਜੇ ਲੰਡਨ ਦੇ ਲਾਗੇ ਚਲਦੀ ਹੈ ਜਿਵੇਂ ਬਰਮਿੰਗਮ ਹੋ ਗਿਆ, ਠੀਕ ਹੈ, ਜਿਹੜੀਆਂ ਥੋੜ੍ਹੀਆਂ ਹੈਗੀਆਂ ਨੇ ਫੇਮਸ ਸਿਟੀਜ਼ ਹੈਗੀਆਂ ਨੇ, ਉਹਨਾਂ ਦੇ ਵਿੱਚ ਜਿਹੜਾ ਥੋੜ੍ਹਾ ਕ੍ਰਾਈਮ ਹੈ ਉਹ ਵੱਧ ਗਿਆ ਹੈ। ਜਿਵੇਂ ਕਿ ਮੈਂ ਨਿਊਜ਼ ਸੁਣਦੀ ਪਈ ਸੀ, ਉਹਦੇ ਵਿੱਚ ਕੀ ਹੈ ਕਿ ਚੋਰ ਜਿਹੜੇ ਨਾ ਗੱਡੀਆਂ ਚੋਰੀ ਕਰਨ ਲੱਗ ਪਏ ਆ, ਸਪੈਸ਼ਲੀ ਉਹ ਵਾਲੀਆਂ ਗੱਡੀਆਂ ਜਿਹੜੀਆਂ ਕਿ ਕੀਲੈਸ ਗੱਡੀਆਂ ਹੁੰਦੀਆਂ ਨੇ, ਜਿਹਨਾਂ ਦੀ ਮਤਲਬ ਚਾਬੀ ਨਹੀਂ ਹੁੰਦੀ, ਇੱਕ ਜਸਟ ਡਿਵਾਈਸ ਨਾਲ ਔਨ ਅਤੇ ਔਫ ਕਰਕੇ ਅਤੇ ਅਸੀਂ ਗੱਡੀ ਨੂੰ, ਠੀਕ ਹੈ, ਕਰ ਲੈਂਦੇ ਹਾਂ, ਓਪਨ ਕਰ ਲੈਂਦੇ ਹਾਂ ਅਤੇ ਬੰਦ ਕਰ ਦਿੰਦੇ ਹਾਂ, ਠੀਕ ਹੈ। ਉਹਦਾ ਉਹ ਕੀ ਕਰਦੇ ਨੇ, ਉਹ ਹੁਣ ਮੋਸਟਲੀ ਜਿਹੜੇ ਇੱਥੇ ਯੂਕੇ ਦੇ ਵਿੱਚ ਆ, ਲੋਕ ਗੱਡੀਆਂ ਜਿਹੜੀਆਂ ਪਾਰਕ ਕਰਦੇ ਨੇ ਉਹ ਆਪਣੇ ਘਰਾਂ ਦੇ ਬਾਹਰ ਹੀ ਪਾਰਕ ਕਰਦੇ ਨੇ, ਕਿਉਂਕਿ ਇੱਥੇ ਇੰਨੀ ਸਪੇਸ ਤਾਂ ਹੈ ਨਹੀਂ ਆ ਕਿ ਲੋਕ ਆਪਣੇ ਘਰਾਂ ਦੇ ਅੰਦਰ ਗੱਡੀਆਂ ਜਿਹੜੀਆਂ ਪਾਰਕ ਕਰਨ। ਲੋਕ ਬਾਹਰ ਹੀ ਮੋਸਟਲੀ ਕਰਦੇ ਨੇ, ਜਾਂ ਰੋਡ 'ਤੇ ਹੁੰਦੀਆਂ ਨੇ ਗੱਡੀਆਂ ਪਾਰਕ ਜਾਂ ਬਾਹਰ ਹੁੰਦੀਆਂ ਨੇ। ਅਤੇ ਉਹ ਕੀ ਕਰਦੇ ਨੇ, ਹੁਣ ਗੱਡੀ ਦੀ ਚਾਬੀ ਉੱਤੇ ਘਰ ਪਈ ਹੋਊਗੀ, ਮਤਲਬ ਉਹਦੀ ਜਿਹੜੀ ਡਿਵਾਈਸ ਦੀ ਜਿਹੜੀ ਹੈਗੀ ਸਿਗਨਲ ਆ ਉਹ ਤਾਂ ਨੈਚੁਰਲੀ ਆਉਂਦੇ ਹੀ ਹੋਣਗੇ। ਸੋ ਚੋਰ ਕੀ ਕਰਦੇ ਨੇ ਕਿ ਆਪਣਾ ਉਹਨਾਂ ਦੇ ਕੋਲ ਇੱਕ ਡਿਵਾਈਸ ਹੁੰਦਾ ਹੈ ਜਿਹਦੇ ਨਾਲ ਉਹ ਕੀ ਕਰਦੇ, ਗੱਡੀ ਦੀ ਚਾਬੀ ਦੀ ਜਿਹੜੀ ਸਿਗਨਲ ਆ ਉਹ ਉਹਦੇ ਨਾਲ ਕਨੈਕਟ ਕਰ ਲੈਂਦੇ ਨੇ। ਅਤੇ ਉਹ ਉਹਦੇ ਨਾਲ ਡਿਵਾਈਸ ਨਾਲ ਕਨੈਕਟ ਕਰਕੇ ਅਤੇ ਉਹ ਜਿਹੜੀ ਗੱਡੀ ਹੈ ਉਹਨੂੰ ਕੀ ਹੈ ਅਨਲੋਕ ਕਰ ਦਿੰਦੇ ਨੇ, ਅਨਲੋਕ ਕਰਕੇ ਫਿਰ ਉਹਨੂੰ ਲੈ ਜਾਂਦੇ ਨੇ। ਸੋ ਇੱਦਾਂ ਦੇ ਜਿਹੜੇ ਕ੍ਰਾਈਮ ਆ ਇੱਥੇ ਹੋ ਰਹੇ ਨੇ। ਸੋ ਇਹਦਾ ਹੱਲ ਇਹ ਹੈ ਕਿ ਤੁਸੀਂ ਜੇਕਰ ਕਿਸੇ ਕੋਲੋਂ ਕੀਲੈਸ ਜਿਹੜੀ ਉਹ ਕਾਰ ਹੈਗੀ ਆ, ਤਾਂ ਤੁਸੀਂ ਐਮਾਜੋਨ 'ਤੇ ਇੱਕ ਬੋਕਸ ਮਿਲਦਾ ਹੈ, ਇੱਕ ਬੋਕਸ ਵੀ ਮਿਲਦਾ ਹੈ, ਪਾਊਚ ਵੀ ਮਿਲਦਾ ਹੈ, ਉਹਦੇ ਵਿੱਚ ਤੁਸੀਂ ਕੀ ਹੈ ਆਪਣੀ ਚਾਬੀ ਜਿਹੜੀ ਆ ਉਹ ਰੱਖ ਸਕਦੇ ਹੋ, ਅਤੇ ਜਿਹੜੀ ਚਾਬੀ ਦੇ ਵਿੱਚੋਂ ਜਿਹੜੇ ਉਹ ਡਿਵਾਈਸ ਆ ਉਹਦੇ ਸਿਗਨਲ ਜਿਹੜੇ ਉਹ ਫਿਰ ਲੋਕ ਹੋ ਜਾਣਗੇ, ਅਤੇ ਜਿਹੜਾ ਜੋ ਵੀ ਹੈ ਜਿਹੜੇ ਚੋਰ ਹੈਗੇ ਨੇ ਉਹ ਮਤਲਬ ਉਸ ਤੁਹਾਡੇ ਸਿਗਨਲ ਨੂੰ ਜਿਹੜੇ ਆ ਉਹ ਕੈਚ ਨਹੀਂ ਕਰ ਪਾਉਣਗੇ। ਸੋ ਐਮਾਜੋਨ 'ਤੇ ਮੈਂ ਦੇਖਿਆ ਸੀ, ਚਲੋ ਮੈਂ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸ ਵੀ ਦੇਵਾਂਗੀ ਕਿ ਉਹ ਕਿੱਦਾਂ ਦਾ ਹੈ। ਜਿਹੜੀ ਪਾਊਚ ਹੈਗਾ ਹੈ ਉਹ ਕੋਈ 5-7 ਪਾਉਂਡ ਦਾ ਹੈਗਾ ਹੈ, ਅਤੇ ਜੇਕਰ ਤੁਸੀਂ ਬੋਕਸ ਲੈਂਦੇ ਹੋ, ਬੋਕਸ ਥੋੜ੍ਹਾ ਮਹਿੰਗਾ ਹੈ, ਤਾਂ 15-20 ਪਾਉਂਡ ਦੇ ਵਿੱਚ ਤੁਹਾਡੇ ਜਿਹੜੇ ਦੋਵੇਂ ਆ ਜਾਣਗੇ। ਤਾਂ ਸੋ ਲੈ ਕੇ ਇੰਨੀ ਮਹਿੰਗੀ ਕਾਰ ਲਈ ਹੈ, ਤਾਂ ਸੋ ਇਹ ਵੀ ਤੁਸੀਂ ਜਿਹੜਾ ਹੈ ਉਹ ਖਰੀਦ ਲਓ, ਤਾਂ ਕੋਈ ਇੰਨਾ ਫਰਕ ਨਹੀਂ ਪੈਣਾ। ਅਤੇ ਸੋ ਇਹੀ ਅੱਜ ਦੀ ਇਨਫੋਰਮੇਟਿਵ ਵੀਡੀਓ ਸੀ, ਤੁਹਾਨੂੰ ਇਹੀ ਇਨਫੋਰਮੇਸ਼ਨ ਜਿਹੜੀ ਅੱਜ ਸਾਂਝੀ ਕਰਨੀ ਸੀ। ਜੇਕਰ ਹੋਰ ਵੀ ਕੋਈ ਇੱਦਾਂ ਦੀ ਇਨਫੋਰਮੇਸ਼ਨ ਹੋਵੇਗੀ ਤਾਂ ਜ਼ਰੂਰ ਸਾਂਝੀ ਕਰਾਂਗੇ।